ਕਾਂਗਰਸ ਪਾਰਟੀ ਚੌਧਰੀ ਮੈਂਬਰ ਪਾਰਲੀਮੈਂਟ ਚੌਧਰੀ ਲਾਲ ਸਿੰਘ ਹੋਰੀ ਵਿੱਚ ਆ ਜਾਣਾ ਐਮ ਪੀ ਦੇ ਕੈਂਡੀਡੇਟ ਤੇ ਇੱਥੋਂ ਦੇ ਸਰਪੰਚ ਸਾਰੇ ਅਰਵਿੰਦ ਸੋਰੀ ਪਹਿਲਾਂ ਉਹ ਹੀ ਆਪਣੇ ਵਿਚਾਰ ਰੱਖਣ ਅਰਵਿੰਦ ਸਿੰਘ ਹੋਰੀ ਸਾਰੇ ਈ ਓ ਰਿਟਾਇਰ ਹੋ ਰਹੇ ਇੱਥੋਂ ਦੇ ਸਰਪੰਚ ਅਰਵਿੰਦ ਸਿੰਘ ਹੋਰੀ ਗੌਰਮੈਂਟ ਹੁੰਦੀ ਹੈ ਜੇ ਗੌਰਮੈਂਟ ਲੋਕ ਕਹਿੰਦੀ ਹੈ ਫਿਰ ਗੌਰਮੈਂਟ ਦੀ ਹਾਸ਼ੀ ਪੈ ਹੁੰਦੀ ਹੈ
ਬਿਜਲੀ ਵਾਲੀ ਪੀ ਐਮ ਕੁਝ ਪੋਸਟ ਲੈ ਰਹੇ ਹਨ ਬੋਲਣਾ ਮੈਂ ਕਹਿਣਾ ਮੇਰਾ ਅਜੀਤ ਹੈ ਸਾਥੀ ਹੈ
ਸ਼ਾਇਦ ਇਹਦੀ ਜੀਓਗ੍ਰਾਫੀਆ ਬਣ ਰਹੀ ਹੈ ਜੀ, ਪ੍ਰੈਕਟੀਕਲੀ ਦਿਖਦਾ ਨੀ ਪਰ ਜੀਓਗ੍ਰਾਫੀਆ ਇਸ ਦੀ ਬਣੀ ਨਹੀਂ ਹੈ। ਮੈਂ ਤੁਹਾਡੇ ਹਿਮਾਚਲ ਕਰਿਆ ਕਿੱਥੇ ਲੱਗਦਾ ਪਾਕਿਸਤਾਨ, ਕਿਹੜੀ ਜਗ੍ਹਾ ਲੱਗਦਾ ਪਾਕਿਸਤਾਨ, ਪਾਕਿਸਤਾਨ ਲੱਗਦਾ ਸਾਰੇ ਕਹਿੰਦਾ ਪੰਜਾਬ ਕਹਿੰਦੇ ਲੱਗੇ ਖਤਮ ਹੋ ਜਾਏ, ਪੰਜਾਬ ਹਿਮਾਚਲ ਪ੍ਰਦੇਸ਼ ਕਦੋਂ ਆਈ ਹੈ ਲਗਾ ਸੁਣ। ਮੈਂ ਕਿਹਾ ਦੂਸਰੀ ਗੱਲ, ਮੈਂ ਕੋਈ ਸ਼ਬਦ ਮਾੜਾ ਨਹੀਂ ਆਖਣਾ ਚਾਹੁੰਦਾ, ਲੋਕ ਐਮਪੀ ਬਣੇ ਹੁੰਦੇ ਨੇ ਖਿਲਾਫ਼ ਕਿਉਂ ਨਹੀਂ, ਮੈਂ ਇਸ ਕੇ ਖਿਲਾਫ਼ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਹਮਾਰੇ ਮਹਾਰਾਜਾ ਨੇ ਇਨਕੇ ਇਲਾਕੇ ਮੇ ਸ਼ਾਦੀ ਕੀ, ਹਮਾਰੇ ਬੜੇ ਸਵੀਟ ਰਿਲੇਸ਼ਨ ਹੈ, ਬੜੇ ਮੀਠੇ ਰਿਲੇਸ਼ਨ ਹੈ, ਮਹਾਰਾਜ ਨੇ ਸ਼ਾਦੀ ਕੀ ਹੈ। ਸਿਰਫ ਬੀਜੇਪੀ ਬੋਲਦੇ ਸਾਰਾ ਲੱਗਦਾ, ਮੈਂ ਮੁਸ਼ਕਿਲ ਲੱਗਦਾ ਇਹਦਾ ਵੀ ਬੋਲਦਾ, ਆਇਆ ਬਾਹਰ ਮੇਰੇ ਗੋਡੇ ਬੜੇ ਪਾਪਾ ਦੁਆਰਾ ਨੇ ਮੈਂ ਬੋਲਦਾ, ਇੱਥੇ ਆਈਏ ਬੜਾ ਭਗਤ ਬਣਿਆ ਸੁਧਾਰ ਕਰ ਜਿਹੜਾ ਬੰਦਾ ਲੋਕੇ ਕੋਲ ਗਿਆ, ਲੋਕਾਂ ਦਾ ਕੰਮ ਨੀ ਕੀਤਾ, ਆਕੜ ਇੰਨੀ ਮਜ਼ਾਕ ਇੰਨੀ, ਬੀਜੇਪੀ ਵਾਲੇ ਦੁਖੀ ਮਾਗੀ ਦੇ ਹੱਥ ਛੱਡੋ, ਬੀਜੇਪੀ ਦਾ ਹਰ ਬੰਦਾ ਦੁਖੀ ਹੋ, ਉਹ ਛੋੜਨਾ ਚਾਹੁੰਦਾ, ਉਹ ਵੋਟ ਨੀ ਦੇਣਾ ਚਾਹੁੰਦਾ, ਬਾਕੀ ਬੀਜੇਪੀ ਵਾਲੇ ਵੋਟ ਨੀ ਪਾਉਣੇ ਗੱਲ ਚੋਣ ਕਰ ਲਈ, ਮੇਰੀ ਬਿਜਲੀ ਠੀਕ ਹੋ ਗਈ ਮੇਰੀ ਗੱਲ ਸਾਹ ਨਹੀਂ ਹੋ। ਮੈਂ ਮਨਿਸਟਰ ਇੱਕ ਮੇਰੇ ਡਾਕਟਰ ਹੈ, ਮੇਰੇ ਜਿਲ੍ਹੇ ਮੈਂ ਮਨਿਸਟਰ ਹਾਂ, ਹੈ ਬਲਵੀਰ ਸਿੰਘ, ਮੈਂ ਮਨਿਸਟਰ ਹਾਂ ਤੇ ਡਾਕਟਰ ਰਵੰਸ, ਦੋ ਮੇਰੇ ਕੋਲ ਆਉਣਾ, ਮੈਂ ਜੀ ਕੈਂਪ ਲਾਉਣਾ ਹੈ, ਮੈਂ ਜੀ ਆਦਮੀ ਜਾਂਦੀ ਤਾਂ ਕੈਂਪ ਪ੍ਰੋਵਾਈਡ ਵੀ ਡੇਢ ਦੀ ਹੈ, ਅੱਜ ਮੇਰੀ ਫਿੱਲੀ ਮੇਰੀ ਮਿਆਉਂ, ਇਸ ਕਰਕੇ ਆਪਣੇ ਖਾਖਾ ਨਹੀਂ ਕਰੋ, ਇਲੈਕਸ਼ਨ ਲੜਨੇ ਸਾਡੇ ਕਿੰਨੇ ਅੱਗ ਬੀਜਦੀ ਹੈ, ਇਸਲੇ ਪੂਰੀ ਹਾਲਤ ਹੈ, ਪੂਰੀ ਦੁਨੀਆ ਆ ਰਹੀ ਹੈ, ਕੱਲ ਚੌਵੀ ਸਾਹਿਬ ਲੈਂਦੇ ਨੇ ਹਿਮਾਚਲ ਪ੍ਰਦੇਸ਼ ਦੇ ਚੀਫ ਮਿਨਿਸਟਰ, ਕਿਹੜੀ ਸਰਕਾਰ ਹੈ, ਬੁਲਡੋਜ਼ਰ ਸਰਕਾਰ, ਕਹਿੰਦੀ ਸਰਕਾਰ ਵੀ ਭੈਣ ਚ ਬੁਲਡੋਜ਼ਰਾਂ ਦੀ ਉਮੀਦ, ਸਰਕਾਰ ਇਸ ਸਾਲ ਜੀ ਸੁੱਖ ਦੇਣਾ ਸਕਦੀ ਹੈ, ਲੋਕਾਂ ਦੇ ਮਕਾਨ ਤੋੜੇ, ਲੋਕ ਸੁਣੀਆਂ ਛੀਨਿਆ, ਬੜੀ ਇਮਾਨਦਾਰੀ ਦੱਸੀ, ਆਏ ਕੱਲ ਸ਼ੁਰੂ ਸੀ ਗਿਆ 16 ਜਿਹੜਾ ਭੱਜਾ ਖੁਜਾ, 16 ਤਰੀਕ ਅਸੀਂ ਕਰਨਾ ਜਲਸਾ, ਆਖਿਰ ਖੇਤੀ ਕਰ ਰਹੇ ਹੋ, ਇਹਨੇ ਤੋਂ ਰਿਪੋਰਟ ਨੀ ਬਣੀ ਜਿੰਨੀ ਸਾਡੀ ਇੱਥੇ ਸਟ੍ਰੈਸ ਹੋਣੀ ਰਹੀ, ਨੰਬਰ 2 ਕਮਰਾ ਹਜੇ ਬਣੇ ਮੋਦੀ ਸਾਹਿਬ ਹੋਣੀ ਲਈ ਯਾਦ ਹੈ, ਉੱਥੇ ਉਧਮਪੁਰ 12 ਤਰੀਕ, ਮੈਂ ਕਿਹਾ ਤੁਸੀਂ 13 ਹੀ ਕਰੋ, ਸਾਡਾ ਜਲਸਾ 13 ਹੀ ਹੋਣਾ, ਲਿਖਿਆ 12 ਦਾ ਵੱਡਾ ਜਾਂ 13 ਦਾ ਵੱਡਾ, ਗੱਲ ਯਾਦ ਰੱਖੋ, ਇੱਕ ਕਿਲੋਗ੍ਰਾਮ 5'4" ਕਠੂਏ ਦਾ, ਇਸ ਕਠੂਏ ਦੀ ਧਰਤੀ ਦਾ ਪੁੱਤਰ, ਇਹਨਾਂ ਮੁਕਾਬਲਾ 14 ਵਾਸਤੇ 13 ਤਰੀਕ 13 ਵਾਸਤੇ 14 ਚੇਤਾ ਰੱਖੇ, ਇਸ ਕਰਕੇ ਸਾਰੇ ਮੈਂ ਦਰਸ਼ਨਾ ਦੁਨੀਆ ਤੁਹਾਡੀ ਵਿਆਹ ਕਰਨੇ ਜਿੱਥੇ ਜਾਣ ਨਾਲ ਲੋਕਾਂ ਮਨ ਬਣਾਈ ਲੈਂਦਾ, ਜੇ ਛੋਕੂ ਬਣਾਈ ਲੈਂਦਾ ਮਨ, ਜੇ ਲੋਕਾਂ ਮਨ ਬਣਾਈ ਲੈਂਦਾ ਤੁਸੀਂ ਕਿਵੇਂ ਰੋਕੀ ਸਕਦੇ, ਤੁਸੀਂ ਕਿਵੇਂ ਰੋਕ ਸਕਦੇ ਹੋ, ਕਿਉਂ ਬਣ ਕੇ ਵੋਟ ਪਈ, ਕਿਹੜੀ ਕਾਬਲੀ ਬਣ ਗਏ, ਮੈਂ ਹੈਲਥ ਮਿਨਿਸਟਰ ਰਿਹਾ, ਤੁਹਾਡੇ ਲੋਕਾਂ ਦੀ ਤੁਤੀ ਬੋਲਦੀ ਤੁਹਾਡੀ, ਮੈਂ ਕਿਹਾ ਤੁਹਾਡੀ ਲੋਕ ਸਭਾ ਤੁਹਾਡੀ ਬੋਲਦੀ, ਅੱਜ ਤੁਸੀਂ ਪੁੱਛਣਾ ਕੋਈ ਹੋਸਪਿਟਲ ਸਾਰਾ ਰੈਫਰ ਕਰੀ ਜਾਂ ਡੈਡ ਬਾਡੀ ਮਸ਼ੀਨ ਕਰ ਆਉਂਦੀ ਹੈ, ਕੌਣ ਹੈ ਜੀ ਤੁਹਾਡੇ ਰਿਪ੍ਰੈਜੈਂਟੇਟਿਵ, ਉਹ ਸਾਡੇ ਹੋਰ ਰਿਪ੍ਰੈਜੈਂਟੇਟਿਵ, ਔਰ ਅਗਰ ਇਸ ਲੋਕ ਰਿਪ੍ਰੈਜੈਂਟ ਨਹੀਂ ਕਰ ਸਕਦੇ ਤਾਂ ਇਹਨੇ ਵੋਟ ਦੇਣ ਦਾ ਅਧਿਕਾਰ ਕੀ ਹੈ, ਮੈਂ ਪੁੱਛਣਾ ਚਾਹੁੰਦਾ, ਟੈਲੀਫੋਨ ਪਰ
ਚੌਧਰੀ ਲਾਲ ਸਿੰਘ ਸੀਗੀ ਹੀਰਾਨਗਰ ਦੇ ਗੋਗਾ ਦੇ ਨਿਕਲਾਂਦੇ ਕਿ ਅਸੀਂ ਜਾਂਦੇ ਹਾਂ ਕੱਕਾ ਤੇ ਕੱਕਾ ਚ ਸਾਡੀ ਟ੍ਰੇਨ ਜਿਹੜੀ ਰੁਕੀ ਨੀ ਹੈ ਹੀਰਾਨਗਰ ਨਾ ਰੁਕੀ ਹੈ ਗੋਗਾਲ ਮੈਂ ਰੈਸਟ ਹਾਊਸ ਬੈਠਾ ਮੀਟਿੰਗ ਕਰਾਂ ਕੁਦੇ ਜਿਹਨਾਂ ਵਿੱਚ ਸਾਰੀ ਦੁਨੀਆਂ ਇੰਨੀਆਂ ਬੈਠੀ ਮੈਂ ਬਹੁਤ ਚੁੱਕਿਆ ਟ੍ਰੈਫਿਕ ਸੈਕਟਰੀ ਦਾ ਹਿੰਦੁਸਤਾਨ ਦਾ ਮੈਂ ਕਿਹਾ ਚੌਧਰੀ ਲਾਲ ਸਿੰਘ ਸਰ ਹੁਕਮ ਕਰੋ ਮੈਂ ਕਿਹਾ ਮੰਡੇ ਕੋ ਟ੍ਰੇਨ ਗੋਗਾਲ ਰੁਕੇਗੀ ਔਰ ਰੁਕੇਗੀ ਹੀਰਾਨਗਰ ਆਖੋ ਜੀ ਮੇਰਾ ਨਾਂ ਪਿਓ ਦਾ ਬਜ਼ੁਰਗ ਆਈ ਦੱਸਿਆ ਮੈਂ ਰਖਾਈ ਚਲਾ ਨਹੀਂ ਹਾਂ ਹੁਣ ਬੰਦ ਹੋਈ ਨੀ ਬੰਦ ਹੋਈ ਤੀਸਰਾ ਪੁਜੀਸ਼ਨ ਪਤਾ ਨੀ ਕੁਛ ਨੀ ਕਿ ਲੋਕੀ ਦੀਆਂ ਟ੍ਰੇਨਾਂ ਲੱਗਣੀਆਂ ਬੰਦ ਕਰੀਆਂ ਰੇਲਵੇ ਸਟੇਸ਼ਨ ਜਿਸਦਾ ਮੈਂ ਨਹੀਂ ਬਣਦਾ ਵੀ ਸਟੇਸ਼ਨ ਸੁਣ ਮੁਸਾਨ ਕੋਈ ਉੱਥੇ ਟੇਬਲ ਨਹੀਂ ਹੁੰਦਾ ਸ਼ੋਪ ਰੋਡ ਬਲੋਏ ਸੀ ਦੁਨੀਆਂ ਦੁਨੀਆਂ ਟ੍ਰੇਨਾਂ ਰੋਕੀ ਦੀਆਂ ਔਰ ਕਈ ਬੰਦ ਕੀਤੀਆਂ ਸਾਰੇ ਇਸ ਕਰੀਏ ਮੈਂ ਸਾਰੇ ਗਲਾਂ ਚਾਹੁੰਦਾ ਬਹੁਤ ਨੁਕਸਾਨ ਹੋਇਆ ਉਹ ਨੁਕਸਾਨ ਚੱਲਣਾ ਨੁਕਸਾਨ ਚੱਲਣਾ ਜਾਂ ਨੁਕਸਾਨ ਬਣਾਉਣਾ ਸੀ ਉਹ ਲੋਕੀ ਯਾਦ ਰੱਖਿਓ ਮੇਰਾ ਨੰਬਰ ਕਿਨਵਾ ਹੈ ਕਿਨਵਾ ਹੈ ਚੌਥਾ ਬੋਲੋ ਸਾਰੇ ਚੋਰੀ ਬੋਲੋ ਔਰ ਤੁਹਾਡੀ ਸਾਰੇ ਦੀ ਮਿਹਰਬਾਨੀ ਮੈਂ ਜਗਰੋੜ ਦੇ ਸਾਰੇ ਮੇਰੇ ਘਰ ਹੈ ਜਗਰੋੜ ਕੋਈ ਉਹ ਗੱਲ ਨਹੀਂ ਹੈ